ਨਿਖਸ਼ਾਂਤ ਹੋਏ ਹੋਏ ਆ ਜਾਪਾਨ ਦੇ ਲਈ ਮਾੜਾ ਸਮਾਂ ਚੱਲ ਰਿਹਾ ਹੈ ਦੂਜੇ ਦਿਨ ਦੂਜੀ ਜਿਹੜੀ ਇੱਕ ਹੋਰ ਮਾੜੀ ਖਬਰ ਉੱਥੋਂ ਆ ਰਹੀ ਆ ਇੱਕ ਜਹਾਜ਼ ਉਹਨਾਂ ਦੇ ਕੈਨੇਡਾ ਇੰਟਰਨੈਸ਼ਨਲ 에ਅਰਪੋਰਟ ਤੇ ਉੱਤੇ ਲੈਂਡ ਕਰ ਰਿਹਾ ਸੀ ਜਿਹੜਾ ਕੀ ਕਹਿੰਦੇ ਹੈ ਵੀ ਕਿਸੇ ਹੋਰ ਦੇ ਵਿੱਚ ਟਕਰਾਇਆ ਆ ਲੈਂਡ ਕਰਦੇ ਕਰਦੇ ਜਿਸ ਤੋਂ ਬਾਅਦ ਇਸ ਵੱਡੇ ਜਹਾਜ਼ ਨੂੰ ਅੱਗ ਲੱਗ ਗਈ ਤੇ ਪੰਜ ਜਾਣਿਆਂ ਦੀ ਉਥੇ ਮੌਤ ਹੋ ਗਈ ਆ ਆ ਉਸ ਜਹਾਜ਼ ਵਿੱਚ ਕਈ ਸੈਂਕੜੇ 379 379 ਲੋਕ ਜਿਹੜੇ ਉਹ ਸਵਾਰ ਸੀਗੇ ਫਲਾਈਟ ਨੰਬਰ ਸੀਗਾ JAL516 ਉਹਨਾਂ ਦੇ ਵਿੱਚੋਂ ਬਾਕੀ ਲੋਕਾਂ ਨੂੰ ਤਾਂ ਬਚਾ ਲਿਆ ਗਿਆ ਕੱਢ ਲਿਆ ਗਿਆ ਸੁਰੱਖਿਤ ਪਰ ਪੰਜ ਜਾਣਿਆਂ ਦੀ ਜਿਹੜੀ ਉਹ ਮੌਤ ਹੋ ਗਈ ਹੈਗੀ ਆ ਪੈਸੈਂਜਰ ਪਲੇਨ ਤੇ ਜਪਾਨੀਜ਼ ਕੋਸਟ ਗਾਰਡ ਦਾ ਜਿਹੜਾ 에ਅਰਕ੍ਰਾਫਟ ਆ ਉਹ ਆਪਸ ਦੇ ਵਿੱਚ ਕੋਲਾਈਡ ਕਰ ਗਿਆ ਸੀ ਟੋਕੀਓ ਦੇ ਹਨਿਦਾ 에ਅਰਪੋਰਟ ਦੇ ਉੱਤੇ ਜਿਸ ਤੋਂ ਬਾਅਦ ਦੇ ਵਿੱਚ ਇਸ ਪੈਸੇਂਜਰ ਪਲੇਨ ਨੂੰ ਅੱਗ ਲੱਗ ਗਈ ਸੀਗੀ ਸੋ ਇਹ ਦੂਜੇ ਦਿਨ ਲਗਾਤਾਰ ਜਿਹੜਾ ਜਾਪਾਨ ਦੇ ਵਿੱਚ ਨਵੇਂ ਚੜ੍ਹੇ ਸਾਲ ਦੇ ਵਿੱਚ ਇਹ ਦੂਜਾ ਭਿਆਨਕ ਹਾਦਸਾ ਜਿਹੜਾ ਹੈ ਉਹ ਆਪਣੇ ਸਾਹਮਣੇ ਆਇਆ ਹੈ ਅੱਜ ਜਿੱਦਾਂ ਤੁਸੀਂ ਦੱਸ ਕਈ ਹਟਿਆ ਵੀ ਕਈ ਦਰਜਣੇ ਲੋਕ ਮਰ ਚੁੱਕੇ ਆ ਤੇ ਸੈਂਕੜੇ ਲੋਕ ਇਸ ਟਾਈਮ ਘਰੋਂ ਵੇਕਰ ਨੇ ਇਵੈਕੂਏਟ ਉਹਨਾਂ ਨੂੰ ਕਰਨਾ ਪਿਆ ਸੀ ਇੱਕ ਬਹੁਤ ਹੀ ਤਗੜੇ ਜਿਹੜੇ ਆਏ ਆ ਉਹ ਪੁਚਾਲਦ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਟਰਾਂਸਪੋਰਟ ਮਿਨਿਸਟਰੀ ਸਿਵਲ ਇਵੈਸ਼ਨ ਬਿਊਰੋ ਆ ਸ਼ਿੰਗੋਰੀ ਹਿਰਾਕੂ ਔਰ ਕਹਿੰਦੇ ਆ ਵੀ 에ਅਰ ਕਾਲੀਜਨ ਦੀ ਜਿਹੜੀ ਉਹ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਜਿਹੜੇ 4 ਰਨਵੇਜ਼ ਆ ਜਿੱਥੇ ਕੋਸਟ ਗਾਰਡ ਦਾ 에ਅਰਕ੍ਰਾਫਟ ਪ੍ਰਪੇਅਰ ਕਰ ਰਿਹਾ ਸੀਗਾ ਟੇਕ ਆਫ ਕਰਨ ਦੇ ਲਈ ਉਸ ਦਰਮਿਆਨ ਉਸ ਦੌਰਾਨ ਜਿਹੜਾ ਆ ਇਹ ਹਾਦਸਾ ਵਾਪਰਿਆ ਆ ਆਪਸ ਵਿੱਚ ਹੈਗੇ ਆ ਸੋ ਕਾਫੀ ਲੋਕਾਂ ਨੂੰ ਜਿਹੜਾ ਆ ਉਹ ਬਚਾਉਣ ਦੇ ਵਿੱਚ ਉਹਦਾ ਕਾਮਯਾਬੀ ਮਿਲੀ ਆ ਪਰ ਇਹ ਹਰਜੋਤ ਸਿੰਘ ਜੀ ਉਸੇ ਤਰੀਕੇ ਦਾ ਹੀ ਹਾਦਸਾ ਜਿਹੜਾ ਨਜ਼ਰ ਆ ਰਿਹਾ ਆ ਜਦੋਂ ਸੈਨ ਫਰਾਂਸਿਸਕੋ ਦੇ 에어ਪੋਰਟ ਦੇਤੇ ਕਦੀ ਕੋਰੀਅਨ 에어ਲਾਈਨ ਲੈਂਡ ਕਰਦੀ ਕਰਦੀ ਉਹ ਖੈਲੋਬੀ ਜਿਹੜੀ ਬਾਉਂਡਰੀ ਵਾਲ ਹੁੰਦੀ ਆ ਉਹਦੇ ਵਿੱਚ ਟਕਰਾ ਗਈ ਸੀਗੀ ਫਿਰ ਉਹਦੇ ਵਿੱਚ ਵੀ ਕੁਝ ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਗਈਆਂ ਸੀਗੀਆਂ ਪਰ ਆ ਪਿਛਲੇ ਸਾਲ ਦੇ ਵਿੱਚ ਆਪਾਂ ਬਹੁਤ ਨਿਊਜ਼ ਕੀਤੀਆਂ ਸੀਗੀਆਂ ਵੀ ਬਹੁਤ ਨੀਅਰ ਕੋਲੀਜੀਅਨਸ ਹੁਣ ਉਹ ਬਾਲ ਬਾਲ ਜਿਹੜੇ ਆ 에어ਪੋਰਟਸ ਦੇ ਉੱਤੇ ਬਚੇ ਆ ਪਰ ਇਸ ਵਾਰ ਬਚਾ ਨਾ ਹੋ ਸਕੇ ਤੇ ਇਹ ਜਹਾਜ਼ ਜਿਹੜੇ ਆ ਉਹ ਟਕਰਾਏ ਜਿਸ ਕਰਕੇ ਇਸ ਜਹਾਜ਼ ਨੂੰ ਬਾਅਦ ਚ ਅੱਗ ਲੱਗ ਗਈ ਜੀ ਪਰ ਕਹਿੰਦੇ ਵੀ ਜਿਹੜਾ ਸਟਾਫ ਸੀਗਾ ਇਸ ਫਲਾਈਟ ਦਾ ਉਹ ਬਹੁਤ ਹੈਲਪਫੁਲ ਸੀ ਈਵਨ ਇੰਨਾ ਜ਼ਿਆਦਾ ਧੂਆਂ ਸੀ ਫੇਰ ਵੀ ਉਹ ਪੂਰੇ ਦੇ ਪੂਰੀ ਜਿਹੜੀ ਫਲਾਈਟ ਤੇ ਲੋਕ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਹੈਗੇ ਯਾਰ 110 ਦੇ ਕਰੀਬ ਡੋਮੈਸਟਿਕ ਫਲਾਈਟਸ ਜਿਹੜੀਆਂ ਉੱਥੋਂ ਡਿਪਾਰਟ ਹੋਣੀਆਂ ਅਸੀਂਾਂ ਦੇ ਲੈਂਡ ਕਰਨੀਆਂ ਅਸੀਂ ਆ ਹਨੇਡਾ 에어ਪੋਰਟ ਦੇ ਉੱਤੇ ਜੋ ਜਾਪਾਨ ਦੀ ਕੈਪੀਟਲ ਟੋਕੀਓ ਦੇ ਵਿੱਚ ਹੈਗਾ ਕਹਿੰਦੇ ਦੋ ਮੇਨ 에어ਪੋਰਟ ਆ ਤੇ ਉਹ ਇਹਨਾਂ 에어ਲਾਈਨਸ ਨੂੰ ਉੱਥੋਂ ਇਹ ਫਲਾਈਟਸ ਨੂੰ ਕੈਨਸਲ ਕਰਨਾ ਪਿਆ ਕੰਦੀ ਭਈ ਉਥੇ ਤਿੰਨ ਰਨਵੇ ਹੈਗੇ ਆ ਪ੍ਰਾਈਮ ਮਿਨਿਸਟਰ ਫਪੀਨੋ ਕਿਸ਼ਾਡਾ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਹੈ ਕਿ ਅਰਥਕ ਇਕ ਰੀਲੀਫ ਸਪਲਾਈਜ਼ ਦੇ ਲਈ ਉਹ ਜਹਾਜ਼ ਜਾ ਰਿਹਾ ਸੀ ਜਿਹੜਾ ਦੂਜਾ ਸੀਗਾ ਜਿੱਥੇ ਐਕਸੀਡੈਂਟ ਹੋਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਕਰੂ ਮੈਂਬਰਸ ਹੈਗੇ ਦੂਸਰੀ 에ਰਲਾਈਨ ਦੇ ਜਿਹਦੇ ਵਿੱਚ ਸਾਰੇ ਪੈਸੇਂਜਰ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇੰਨੇ ਜਿਆਦੇ ਲੋਕ ਜਿਹੜੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਬਿਲਕੁਲ 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 ਅਫਸੋਸ ਨਾਲ 5 ਜਾਨਾਂ ਦੀ ਮੌਤ ਹੋਈ ਆ ਪਰ ਚਲੋ ਬਹੁਤੇ ਜਿਹੜੇ ਇਸ ਦੇ ਵਿੱਚ ਬਚਾਅ ਹੋ ਗਏ ਆ